ਸਤਿ ਸ਼੍ਰੀ ਅਕਾਲ ਜੀ। ਉਮੀਦ ਕਰਦੀ ਹਾਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ। ਤੁਹਾਡੇ ਬੜੇ ਸਾਰਿਆਂ ਦੇ ਕਮੈਂਟਸ ਆ ਰਹੇ ਸੀ ਕਿ ਸ਼ੈੱਡ ਦਿਖਾਓ, ਕਿ ਨਵਾਂ ਜਿਹੜਾ ਸ਼ੈੱਡ ਬਣਾ ਰਹੇ ਹਾਂ ਅਸੀਂ ਉਹਦਾ ਕੰਮ ਕਿੱਥੋਂ ਤੱਕ ਪਹੁੰਚਿਆ। ਅਤੇ ਫਿਰ ਚਲੋ ਤੁਹਾਨੂੰ ਸੈਰ ਕਰਾਉਂਦੇ ਹਾਂ ਨਵੇਂ ਸ਼ੈੱਡ ਦੀ, ਜਿਹਦੀ ਕੰਸਟਰਕਸ਼ਨ ਫਿਲਹਾਲ ਦੀ ਘੜੀ ਅਜੇ ਵੀ ਚੱਲ ਰਹੀ ਹੈ। ਸ਼ੀਟਾਂ ਪਾਉਣੀਆਂ ਰਹਿ ਗਈਆਂ ਨੇ ਬਸ, ਅਤੇ ਬਾਕੀ ਹੋ ਚੁੱਕਾ ਆਲਮੋਸਟ। ਅਤੇ ਆਪਾਂ ਆਹ ਜਿਹੜਾ ਹੈਗਾ ਸੀ ਗੋਬਰ ਵਾਲਾ ਪਿੱਟ, ਇਹਨੂੰ ਖਾਲੀ ਕੀਤਾ ਸੀ। ਇਹਦੇ ਵਿੱਚੋਂ ਟੈਂਕਰ ਆਪਾਂ ਖੇਤਾਂ ਦੇ ਵਿੱਚ ਪਾਏ ਸੀ, ਅਤੇ ਹੁਣ ਇਹ ਇਸ ਟਾਈਮ ਦੇ ਉੱਤੇ ਖਾਲੀ ਹੈ। ਅਤੇ ਹੁਣ ਤੁਸੀਂ ਦੇਖੋ ਆਹ ਸਾਡੇ ਸ਼ੈੱਡ ਦੀ ਉੱਪਰ ਵਾਲੀ ਜਿੰਨਾ ਵੀ ਲੋਹਾ ਵਗੈਰਾ ਪਨਲ ਕੈਂਚੀ ਵਗੈਰਾ ਪੈਣੀ ਸੀ ਉਹ ਸਾਰਿਆਂ ਦੀ ਫਿਟਿੰਗ ਆਲਮੋਸਟ 99% ਤੁਸੀਂ ਲੈ ਕੇ ਚੱਲੋ ਕਿ ਸਾਰਿਆਂ ਦੀ ਫਿਟਿੰਗ ਹੋ ਚੁੱਕੀ ਹੈ। ਸ਼ੀਟਸ ਵੀ ਆ ਚੁੱਕੀਆਂ ਨੇ, ਹੁਣ ਇਹਨਾਂ ਸ਼ੀਟਸ ਦਾ ਕੰਮ 2-3 ਦਿਨ ਤੱਕ ਤਾਂ ਸ਼ਾਇਦ ਕੰਪਲੀਟ ਹੋ ਹੀ ਜਾਊਗਾ। ਬਾਕੀ ਬਰਸਾਤ ਦਾ ਮੌਸਮ ਹੈ, ਬੱਦਲ ਹੋਇਆ, ਦੇਖੋ ਜੇ ਬਰਸਾਤ ਆ ਗਈ ਤਾਂ 1-2 ਦਿਨ ਹੋਰ ਕੰਮ ਡਿਲੇ ਹੋ ਜਾਏਗਾ। ਹੁਣ ਆਪਾਂ ਦੇਖਦੇ ਹਾਂ ਪਿੱਛੇ ਸਾਡੀ ਮੱਕੀ। ਮੱਕੀ ਦੇਖੋ ਤੁਸੀਂ, ਆਪਾਂ ਇਸ ਵਾਰੀ ਲਾਈ ਸੀ 92-08+ ਬਾਇਰ ਦੀ, ਐਰਕੇ ਆਪਾਂ ਇੱਕ ਨਵਾਂ ਤਜ਼ਰਬਾ ਲਾਇਆ ਸੀ, ਨਵਾਂ ਐਕਸਪੈਰੀਮੈਂਟ ਕੀਤਾ ਸੀ। ਐਰਕੇ ਆਪਾਂ ਜੋ ਸੀਡ ਦੀ ਟ੍ਰੀਟਮੈਂਟ ਸੀ ਉਹਨੂੰ ਅਸੀਂ ਫੋਰਟੈਂਜ਼ੋ ਡੂਓ ਦਵਾਈ ਜਿਹੜੀ ਹੈਗੀ ਹੈ ਸਜੈਂਟਾ ਦੀ ਆਉਂਦੀ ਹੈ ਉਹ ਅਸੀਂ ਸੀਡ ਟ੍ਰੀਟਮੈਂਟ ਵਾਸਤੇ ਇਸਤੇਮਾਲ ਕੀਤੀ ਸੀ। ਇਹ ਜਿਹੜੀ ਫੋਰਟੈਂਜ਼ੋ ਡੂਓ ਹੈ ਇਹਦਾ ਅਸਰ 45 ਦਿਨ ਤੱਕ ਰਹਿੰਦਾ, ਮਤਲਬ ਕਿ 45 ਡੇਜ਼ ਤੱਕ ਤੁਹਾਡੀ ਮੱਕੀ ਨੂੰ ਕੋਈ ਵੀ ਸੁੰਡੀ ਜਾਂ ਕੀੜਾ ਜਾਂ ਕਿਸੇ ਵੀ ਟਾਈਪ ਦਾ ਮੱਖੀ ਮੱਛਰ ਇਹਨੂੰ ਖਰਾਬ ਨਹੀਂ ਕਰਦਾ। ਅਤੇ ਇਹ ਸਾਡੀ ਮੱਕੀ 1-2 ਮਹੀਨੇ ਉੱਪਰ ਦੀ ਹੋ ਚੁੱਕੀ ਹੈ ਅਤੇ ਅਜੇ ਤੱਕ ਇਹਨੂੰ ਅਸੀਂ ਕੋਈ ਸਪਰੇਅ ਨਹੀਂ ਕੀਤੀ। ਅਤੇ ਓਵਰਆਲ ਸਾਡਾ ਐਕਸਪੀਰੀਅੰਸ ਬਹੁਤ ਵਧੀਆ ਰਿਹਾ ਫੋਰਟੈਂਜ਼ੋ ਡੂਓ ਦੇ ਨਾਲ। ਅਤੇ ਹੁਣ ਮੈਂ ਤੁਹਾਨੂੰ ਦੱਸਦੀ ਹਾਂ ਕਿ ਨਵੇਂ ਸ਼ੈੱਡ ਦੀ ਬਾਉਂਡਰੀ ਦੇ ਨਾਲ ਜਾਲੀ ਦੇ ਬਾਹਰ ਬਾਹਰ ਅਸੀਂ ਹੁਣ ਬੂਟੇ ਜਿਹੜੇ ਰੁੱਖ ਹੈ ਉਹ ਲਾ ਦਿੱਤੇ ਨੇ, ਤਾਂ ਕਿ ਜਦੋਂ ਅੱਗੇ ਗਰਮੀਆਂ ਆਉਣ, ਅਤੇ ਇਸ ਗਰਮੀ 'ਤੇ ਚਲੋ ਇਹਨਾਂ ਨੇ ਮਸਾਂ ਉੱਥੋਂ ਤੱਕ ਹੋਣਾ ਹੀ ਹੈ, ਅਗਲੀ ਗਰਮੀ ਤੱਕ ਇਹਨਾਂ ਦੀ ਛਾਂ ਸ਼ੈੱਡ ਦੇ ਵਿੱਚ ਆਉਣੀ ਸ਼ੁਰੂ ਹੋ ਜਾਏਗੀ। ਇਹ ਬਹੁਤ ਜ਼ਰੂਰੀ ਹੈ, ਰੁੱਖ ਹੈ ਅਤੇ ਮਨੁੱਖ ਹੈ, ਇਹ ਚੀਜ਼ਾਂ ਤੁਸੀਂ ਜ਼ਰੂਰ ਲਾਇਆ ਕਰੋ। ਕਿਉਂਕਿ ਜੇ ਹਰਿਆਲੀ ਉੱਦਾਂ ਵੀ ਨਾ ਤੁਸੀਂ ਦੇਖੋ ਫਾਰਮ ਦੇ ਆਲੇ ਦੁਆਲੇ ਜਿੰਨੀ ਹਰਿਆਲੀ ਹੋਏਗੀ ਉੱਨੀ ਬਹੁਤ ਵਧੀਆ ਫਾਰਮ ਲੱਗਦਾ। ਅਸੀਂ ਸਾਰੇ ਬੂਟੇ ਹੁਣ ਲਿਆ ਕੇ 4 ਚੁਫੇਰੇ ਸ਼ੈੱਡ ਦੇ ਵਿੱਚ ਲਾ ਦਿੱਤੇ ਨੇ, ਤਾਂ ਕਿ ਇਹਨਾਂ ਦੀ ਛਾਂ ਜਿਹੜੀ ਗਾਵਾਂ ਦੇ ਉੱਤੇ ਰਹੇ। ਜਿੰਨਾ ਠੰਡਾ ਤੁਸੀਂ ਸ਼ੈੱਡ ਨੂੰ ਰੱਖ ਸਕਦੇ ਹੋ ਨਾ ਗਰਮੀ ਦੇ ਵਿੱਚ, ਉਨਾ ਟੈਂਪਰੇਚਰ ਕੰਟਰੋਲ ਕਰਨ ਦੇ ਵਿੱਚ ਤੁਹਾਨੂੰ ਬੜੀ ਸੌਖ ਹੁੰਦੀ ਹੈ। ਨਹੀਂ ਤਾਂ ਬੜੀਆਂ ਜ਼ਿਆਦਾ ਜਿਹੜੀਆਂ ਪਿਓਰ ਬਰੀਡ ਬਲੱਡ ਲਾਈਨ ਦੀਆਂ HF ਗਾਵਾਂ ਹੁੰਦੀਆਂ ਨੇ ਉਹ ਬਹੁਤ ਜ਼ਿਆਦਾ ਗਰਮੀ ਮਹਿਸੂਸ ਕਰਦੀਆਂ ਨੇ, ਅਤੇ ਉਹਨਾਂ ਨੂੰ ਸੰਭਾਲ ਕੇ ਰੱਖਣ ਵਾਸਤੇ ਛਾਂ ਬਹੁਤ ਜ਼ਰੂਰੀ ਹੈ। ਜਿੰਨੀ ਤੁਸੀਂ ਛਾਂ ਰੱਖੋਗੇ ਉਨਾ ਟੈਂਪਰੇਚਰ ਠੰਡਾ ਰਹਿੰਦਾ ਸ਼ੈੱਡ ਦਾ। ਅਤੇ ਤੁਸੀਂ ਇਸ ਕੋਰਨਰ ਤੋਂ ਵੀ ਦੇਖ ਲਓ ਸ਼ੈੱਡ। 1-2 ਵੀਡੀਓ ਮੈਂ ਹੋਰ ਬਣਾਵਾਂਗੀ, ਬਾਕੀ ਲੇਬਰ ਦੇ ਕੁਆਟਰਸ ਵਗੈਰਾ ਉਹਨਾਂ ਸਾਰਿਆਂ ਦਾ ਵੀ ਕੰਮ ਕਿਵੇਂ ਚੱਲ ਰਿਹਾ ਉਹਦੇ ਉੱਤੇ ਵੀ ਤੁਹਾਨੂੰ ਮੈਂ ਇੱਕ ਸਪੈਸ਼ਲ ਵੀਡੀਓ ਪਾ ਦੇਵਾਂਗੀ। ਅਤੇ ਬਾਕੀ ਟੈਂਕਰ ਜਿਹੜਾ ਸਾਡੇ ਕੋਲ ਪਹਿਲਾ ਟੈਂਕਰ ਸੀ ਉਹ ਅਸੀਂ ਵਾਪਸ ਭੇਜਿਆ, ਕਿਉਂਕਿ ਉਹ ਵੈਕਿਊਮ ਦੇ ਨਾਲ ਜਿਹੜਾ ਗੋਬਰ ਸੀ ਉਹ ਸੱਕ ਕਰਦਾ ਸੀ ਅਤੇ ਉਹਨੂੰ ਟਾਈਮ ਬੜਾ ਲੱਗਦਾ ਸੀ ਇੱਕ ਟੈਂਕਰ ਭਰਨ ਦੇ ਵਿੱਚ। ਅਤੇ ਅਸੀਂ ਹੁਣ ਦੂਜਾ ਜੋ ਵਿੱਚ ਮੋਟਰ ਜਾਂਦੀ ਹੈ ਨਾ ਉਹ ਵਾਲਾ ਟੈਂਕਰ ਦੁਬਾਰਾ ਮੰਗਵਾਇਆ, ਉਹ ਵਾਲਾ ਪੰਪ, ਅਤੇ ਉਹਦੇ ਨਾਲ ਜਿਹੜਾ ਟੈਂਕਰ ਉਹ ਬਹੁਤ ਛੇਤੀ ਭਰ ਜਾਇਆ ਕਰੇਗਾ। ਅਤੇ ਪਿੱਛੇ ਤੁਸੀਂ ਦੇਖ ਰਹੇ ਹੋ ਸਾਡਾ ਪੁਰਾਣਾ ਸ਼ੈੱਡ ਹੈ, ਅਤੇ ਇਹਨਾਂ ਦੋਨਾਂ ਸ਼ੈੱਡ ਦਾ ਗੋਬਰ ਇੱਕ ਸੇਮ ਪਿੱਟ ਦੇ ਵਿੱਚ ਆਏਗਾ। ਆਹ ਸਾਡੇ ਜੋ ਮਿਸਤਰੀ ਨੇ ਉਹਨਾਂ ਨੇ ਨਵੀਆਂ ਟੈਕਨੀਕਾਂ ਕੱਢੀਆਂ ਨੇ ਉੱਪਰ ਤੱਕ ਪੈਨਲ ਪਹੁੰਚਾਉਣ ਦੀਆਂ। ਉਮੀਦ ਕਰਦੀ ਹਾਂ ਕਿ ਤੁਹਾਨੂੰ ਸ਼ੈੱਡ ਦਾ ਕੰਮ ਬਹੁਤ ਵਧੀਆ ਲੱਗਿਆ ਹੋਏਗਾ।
ਹੋਰ ਕੋਈ ਵੀ ਕੁਐਸਚਨ ਤੁਹਾਡਾ ਹੈਗਾ ਥੱਲੇ ਕਮੈਂਟ ਸੈਕਸ਼ਨ ਤੁਹਾਡੇ ਵਾਸਤੇ ਹਮੇਸ਼ਾ ਖੁੱਲ੍ਹਾ, ਤੁਸੀਂ ਸਿਰਫ ਇੱਕ ਕਮੈਂਟ ਕਰਨਾ, ਮੈਂ ਕੋਸ਼ਿਸ਼ ਕਰਾਂਗੀ ਤੁਹਾਡੇ ਸਾਰਿਆਂ ਦੇ ਕਮੈਂਟਸ ਦਾ ਜਵਾਬ ਦੇਣ ਦੀ। ਅਤੇ ਤੁਸੀਂ ਸਿਰਫ ਇਸ ਚੈਨਲ ਦੇ ਨਾਲ ਜੁੜੇ ਰਹੋ ਅਤੇ ਆਪਾਂ ਤੁਹਾਡੇ ਨਾਲ ਆਪਣੀ ਜਾਣਕਾਰੀ, ਆਪਣੀ ਜ਼ਿੰਦਗੀ ਦੇ ਹਰ ਪਾਸ ਸਾਂਝੇ ਕਰਦੇ ਰਹਾਂਗੇ। ਸਬਸਕ੍ਰਾਈਬ ਜ਼ਰੂਰ ਕਰਿਓ, ਸ਼ੇਅਰ ਕਰਨਾ ਨਾ ਭੁੱਲਿਓ।